ਸਾਸ਼ਿਕਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਦੋਸਤ ਗੁਰਿੰਦਰ ਸਿੰਘ ਵੈਲਕਮ ਬੈਕ ਟੂ ਮਾਈ ਅਨਦਰ ਐਪੀਸੋਡ ਐਟ ਸਰਦਾਰੇ ਪਟੇਲ ਸ਼ਾਹੀ ਦੋਸਤੋ ਕਾਫੀ ਸਮੇਂ ਤੋਂ ਜਿਹੜੀ ਦਸਤਾਰ ਦੀ ਵੀਡੀਓ ਆਪਾਂ ਨਹੀਂ ਪਾ ਸਕੇ ਉਹਦੇ ਲਈ ਪਹਿਲਾਂ ਤਾਂ ਮੈਂ ਮਾਫੀ ਚਾਹਾਂਗਾ ਹੁਣ ਅਸੀਂ ਦਸਤਾਰ ਦੀ ਜਿਹੜੀ ਵੀਡੀਓ ਹੈ ਲਗਾਤਾਰ ਲੈ ਕੇ ਆਵਾਂਗੇ ਦੇਖਦੇ ਹਾਂ ਅੱਜ ਜਿਹੜੇ ਕਿ ਵੀਰ ਸਾਡੇ ਜਿਨ੍ਹਾਂ ਦੇ ਵਾਲ ਕੱਟੇ ਹੋਏ ਆ ਪਰ ਉਹ ਦਸਤਾਰ ਸਜਾਉਣਾ ਚਾਹੁੰਦੇ ਆ ਮਨ ਦੇ ਵਿੱਚ ਸ਼ੌਂਕ ਹੈ ਕੋਈ ਸਟੂਡੈਂਟ ਹੈ ਕੋਈ ਟਰਾਲਾ ਚਲਾਉਂਦਾ ਕੋਈ ਕੁਛ ਵੀ ਕਰ ਰਿਹਾ ਪਰ ਦਸਤਾਰ ਦਾ ਸ਼ੌਂਕ ਹੈ ਦਸਤਾਰ ਨਾਲ ਪਿਆਰ ਹੈ ਤੁਸੀਂ ਦੁਬਾਰ ਤੋਂ ਕੇਸ ਰੱਖ ਸਕਦੇ ਹੋ ਤੇ ਦਸਤਾਰ ਨੂੰ ਸਜਾ ਸਕਦੇ ਹੋ ਤੇ ਅੱਜ ਦਾ ਟਿਊਟੋਰੀਅਲ ਤੁਹਾਡੇ ਵਾਸਤੇ ਕਿੱਦਾਂ ਸੀ ਥੱਲੇ ਕੇਸ ਕੀ ਸਜਾਣੀ ਹੈ ਕਿੱਦਾਂ ਦਸਤਾਰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੋਨੋਂ ਪਾਸੋਂ ਦੀ ਪੱਗ ਨੂੰ ਸੈਂਟਰ 'ਚੋਂ ਫੜ ਕੇ ਸੇਮ ਤਰੀਕੇ ਨਾਲ ਅੰਦਰ ਨੂੰ ਆਪਾਂ ਫੋਲਡ ਕਰਦੇ ਜਾਵਾਂਗੇ ਤਾਂ ਕਿ ਜਿਹੜੀ ਸਾਡੀ ਪੂਣੀ ਹੈ ਸਾਡਾ ਕੱਪੜਾ ਅੰਦਰ ਹੋ ਜਾਵੇ ਉਸ ਤੋਂ ਬਾਅਦ ਉਹਨੂੰ ਆਪਾਂ ਖਿੱਚਾਂਗੇ ਥੋੜ੍ਹਾ ਜਿਹਾ ਜ਼ੋਰ ਕੇ ਖਿੱਚ ਹੋਰ ਖਿੱਚ ਉਸ ਤੋਂ ਬਾਅਦ ਅਸੀਂ ਨੋਟ ਲਗਾ ਦੇਵਾਂਗੇ ਗੱਟ ਲਗਾ ਦੇਵਾਂਗੇ ਤਾਂ ਕਿ ਜਿਹੜੀ ਦਸਤਾਰ ਹੈ ਸਾਡੀ ਪੂਣੀ ਖੁੱਲ੍ਹੇ ਨਾ ਫਿਰ ਦੋਨੋਂ ਸਾਈਡ ਦੇ ਜਿਹੜੇ ਕੱਪੜੇ ਨੂੰ ਹੈ ਹਲਕੀ ਹਲਕੀ ਇੱਕ ਇੱਕ ਲੇਅਰ ਨੂੰ ਫੜਦੇ ਜਾਵਾਂਗੇ ਵਿੱਚੋਂ ਦੀ ਅਤੇ ਉਹਨੂੰ ਸ਼ੇਕ ਕਰਦੇ ਜਾਵਾਂਗੇ ਤਾਂ ਕਿ ਜਿਹੜੀ ਸਾਡੀ ਦਸਤਾਰ ਹੈ ਨਾ ਅਸੀਂ ਜ਼ਿਆਦਾਤਰ ਦੇਖਿਆ ਲੋਕਾਂ ਦੀ ਜਿਹੜੀ ਦਸਤਾਰ ਸਾਰਾ ਕੱਪੜਾ ਥੱਲੇ ਹੀ ਰਹਿ ਜਾਂਦਾ ਉੱਪਰ ਬਿਲਕੁਲ ਖਾਲੀ ਹੁੰਦੀ ਹੈ ਇਹਨੂੰ ਇਸ ਕਰਕੇ ਜਿਹੜੀ ਸਾਡੀ ਪੂਣੀ ਆ ਕੱਪੜਾ ਇਕੁਅਲ ਆਉਣਾ ਚਾਹੀਦਾ ਹੁਣ ਜੇ ਸਾਡੀ ਪੂਣੀ ਵਧੀਆ ਤਾਂ ਸਾਡੀ ਦਸਤਾਰ ਬਹੁਤ ਸੋਹਣੀ ਸਜਾਈ ਜਾ ਸਕਦੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਕੀ ਚਾਹੀਦਾ ਸਾਨੂੰ ਇੱਕ ਛੋਟਾ ਸਰੋਪਾ ਬਾਜ ਪਿੰਨਾ ਕੰਘਾ ਪਾਣੀ ਵਾਲੀ ਸਭ ਇਹ ਵੀਡੀਓ ਸਪੈਸ਼ਲੀ ਤੁਹਾਡੇ ਵੀਰਾਂ ਵਾਸਤੇ ਜਿਹੜੇ ਕਿ ਵੀਰ ਚਾਹੁੰਦੇ ਹੈ ਦਸਤਾਰ ਸਜਾਉਣੀ ਪਰ ਉਹਨਾਂ ਨੇ ਕੇਸ ਕੱਟੇ ਹੋਏ ਆ ਸ਼ੌਂਕ ਹੈ ਕੇਸਾਂ ਨੂੰ ਦੁਬਾਰਾ ਰੱਖਣ ਦਾ ਪਰ ਕਿੱਦਾਂ ਰੱਖੀਏ ਕੁਛ ਨਹੀਂ ਪਤਾ ਜਿਹੜੇ ਤੁਹਾਡੇ ਵਾਲ ਵੱਧ ਰਹੇ ਹੈ ਇੱਕ ਤੁਸੀਂ ਉਰੇ ਰਬੜ ਪਾਓ ਇੱਕ ਰਬੜ ਇੱਥੇ ਪਾਓ ਇੱਕ ਰਬੜ ਤੁਸੀਂ ਇਸ ਸਾਈਡ 'ਤੇ ਪਾਓ ਇੱਕ ਰਬੜ ਤੁਸੀਂ ਪਿਛਲੇ ਪਾਸੇ ਪਾਓ ਚਾਰ ਰਬੜ ਟੋਟਲ ਪੈਣਗੀਆਂ ਜੇ ਉਸ ਤੋਂ ਬਾਅਦ ਕੇਸ ਤੁਹਾਡੇ ਲੰਬੇ ਹੋ ਗਏ ਫਿਰ ਇੱਦਾਂ ਹੋ ਜਾਣਗੇ ਉਸ ਤੋਂ ਬਾਅਦ ਇੱਕ ਤੁਸੀਂ ਕੇਸਾਂ ਨੂੰ ਅੱਗੇ ਨੂੰ ਪਾਉਣਾ ਸ਼ੁਰੂ ਕਰ ਦਿਓ ਛੋਟਾ ਜੁੜਾ ਤੁਹਾਡਾ ਸ਼ੁਰੂ ਹੋ ਜਾਊਗਾ ਉਹਦੇ ਵਿੱਚ ਤੁਸੀਂ ਰਿਬਨ ਵੀ ਪਾ ਸਕਦੇ ਹੋ ਇੱਦਾਂ ਹੀ ਤੁਹਾਡੇ ਕੇਸ ਹੈ ਜੋ ਵੱਧ ਵੀ ਸਕਦੇ ਹੈ ਉਸ ਤੋਂ ਬਾਅਦ ਆਪਾਂ ਕੀ ਇੱਕ ਛੋਟਾ ਪਰਨਾ ਛੋਟੀ ਕੇਸ ਦੀ ਥੱਲੇ ਸਜਾਵਾਂਗੇ ਬੇਸ ਵਾਸਤੇ ਇੱਕ ਕੰਨੀ ਨੂੰ ਫੜ ਕੇ ਉਹਦੇ ਉੱਤੋਂ ਦੀ ਕੇਸ ਕੀ ਨੂੰ ਆਪਣੀ ਨੂੰ ਘੁਮਾ ਦਾਂਗੇ ਇਹ ਬਹੁਤ ਜ਼ਰੂਰੀ ਹੈ ਸਾਡੇ ਜਿਹੜਾ ਸਿਰ ਦਾ ਬੇਸ ਜ਼ਰੂਰੀ ਹੈ ਵਾਲ ਕੱਟੇ ਹੁੰਦੇ ਸਾਡੀ ਜਿਹੜੀ ਦਸਤਾਰ ਸਕਿੱਪ ਕਰਦੀ ਹੈ ਪ੍ਰੋਪਰ ਖੋਲ੍ਹ ਲਾਂਗੇ ਹਲਕਾ ਜਿਹਾ ਚੱਕ ਵੀ ਲਵਾਂਗੇ ਮੱਥੇ ਤੋਂ ਜੇ ਜ਼ਿਆਦਾ ਮੱਥੇ 'ਤੇ ਆਉਂਦਾ ਜੇ ਤੁਹਾਡੇ ਕੰਨਾਂ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਕੰਨਾਂ ਦੇ ਉੱਤੋਂ ਚੱਕ ਸਕਦੇ ਹਾਂ ਪਰ ਸਿਰਫ ਰਾਈਟ ਸਾਈਡ ਤੋਂ ਚੱਕ ਸਕਦੇ ਹਾਂ ਲੈਫਟ ਸਾਈਡ ਤੋਂ ਨਹੀਂ ਚੱਕਾਂਗੇ ਕਿਉਂਕਿ ਜਿਹੜੇ ਲੈਫਟ ਸਾਈਡ ਦੇ ਉੱਤੇ ਸਾਨੂੰ ਬੇਸ ਦੀ ਲੋੜ ਹੈ ਪਹਿਲੇ ਦੋ ਲੜ ਸਾਡੇ ਦੱਬ ਜਾਂਦੇ ਹੈ ਇਸ ਕਰਕੇ ਸਾਨੂੰ ਲੋੜ ਹੈ ਕਿਉਂਕਿ ਜਿੱਦਾਂ ਤੁਸੀਂ ਦੇਖ ਰਹੇ ਹੋ ਲੈਫਟ ਸਾਈਡ ਦੇ ਉੱਤੇ ਅਸੀਂ ਥੱਲੇ ਰੱਖਿਆ ਹੋਇਆ ਰਾਈਟ ਸਾਈਡ ਤੋਂ ਚੱਕਦੀ ਹੈ ਲਾਸਟ ਇੱਕ ਜਗ੍ਹਾ ਦੇ ਵਿੱਚ ਅਸੀਂ ਜਿੱਥੇ ਵੀ ਜਗ੍ਹਾ ਮਿਲਦੀ ਹੈ ਅੰਦਰ ਕਰ ਦਾਂਗੇ ਕੱਪੜੇ ਨੂੰ ਉਸ ਤੋਂ ਬਾਅਦ ਜਿਹੜੇ ਕੇਸ ਸਾਡੇ ਬਾਹਰ ਹੈ ਕੇਸਾਂ ਨੂੰ ਅੰਦਰ ਕਰ ਦਾਂਗੇ ਆਪਣੇ ਪਹਿਲਾਂ ਕੇਸਾਂ ਨੂੰ ਕੰਟਰੋਲ 'ਚ ਲਿਆਉਣਾ ਇੱਕ ਬੇਸ ਸਜਾਉਣਾ ਉਸ ਤੋਂ ਬਾਅਦ ਕੋਈ ਵੀ ਜਿਹੜੀ 50 ਨੂੰ ਕੰਟਰਾਸਟ ਕਰ ਸਕਦੇ ਹਾਂ 50 ਨੂੰ ਲਗਾਵਾਂਗੇ ਉਸ ਤੋਂ ਬਾਅਦ ਜਿਹੜਾ ਕੱਪੜਾ ਬਚਦਾ ਉਹਨੂੰ ਸਾਈਡ 'ਤੇ ਲਗਾ ਲਾਂ ਜਿਹੜੀ 50 ਹੈ ਬਿਲਕੁਲ ਮੱਥੇ ਦੇ ਉੱਤੇ ਨਾ ਹੋਵੇ ਮੱਥੇ ਤੋਂ ਅਸੀਂ ਉੱਚੀ ਰੱਖਣੀ ਹੈ ਪਰ ਜਿਨ੍ਹਾਂ ਦੇ ਕੇਸ ਕਈ ਜੇ ਵੀਰਾਂ ਦੇ ਜਿਹੜੇ ਕੇਸ ਹੁੰਦੇ ਕਾਫੀ ਨੀਵੇਂ ਹੁੰਦੇ ਆ ਉਹਨੂੰ ਫਿਰ 50 ਜ਼ਿਆਦਾ ਉੱਚੀ ਨਹੀਂ ਚੱਕ ਸਕਦੇ ਨਹੀਂ ਤਾਂ ਫਿਰ ਜਦੋਂ ਥੱਲੋਂ ਕੇਸ ਦੇਖਦੇ ਆ ਉਹ ਔਡ ਲੱਗਦਾ ਆਪਣੇ ਕੇਸਾਂ ਦੇ ਹਿਸਾਬ ਨਾਲ ਤੁਸੀਂ 50 ਨੂੰ ਮੱਥੇ ਉੱਤੇ ਰੱਖੋ ਸਭ ਤੋਂ ਪਹਿਲਾਂ ਜਿਹੜੀ ਕੰਨੀ ਹੈ ਜਿਹੜੀ ਦੋ ਪਾਸੇ ਖੁੱਲ ਰਹੇ ਆ ਹਮੇਸ਼ਾ ਨਿਚਲੇ ਪਾਸੇ ਤੇ ਬੰਦ ਵਾਲਾ ਹਮੇਸ਼ਾ ਉੱਪਰਲੇ ਪਾਸੇ ਰਹਿ ਰਿਹਾ ਬਿਲਕੁਲ ਮੱਥੇ ਦੇ ਸੈਂਟਰ ਦੇ ਵਿੱਚੋਂ ਲੈ ਕੇ ਆਵਾਂਗੇ ਪਹਿਲੇ ਲੜ ਨੂੰ ਨਾਲ ਹੀ ਕੱਪੜੇ ਨੂੰ ਫੜਦੇ ਹੋਏ ਪਿੰਚ ਕਰਦੇ ਹੋਏ ਥੱਲੇ ਨੂੰ ਖਿੱਚਾਂਗੇ ਤਾਂ ਕਿ ਜਿਹੜਾ ਸਾਡਾ ਦੂਸਰਾ ਲੜ ਹੈ ਇੱਕ ਲੜ 'ਚੋਂ ਦੋ ਤਿਆਰ ਹੋ ਜਾਣ ਪ੍ਰੋਪਰਲੀ ਲੜ ਨੂੰ ਸਫਾਈ ਦੇਣੀ ਹੈ ਕੱਪੜਾ ਅੰਦਰ ਤੱਕ ਜਾਣਾ ਚਾਹੀਦਾ ਵਿੱਚ ਤੁਹਾਡੇ ਉਂਗਲ ਪਾ ਕੇ ਦੇਖੋ ਜਗ੍ਹਾ ਹੋਣੀ ਚਾਹੀਦੀ ਹੈ ਪਿੰਚ ਕਰੋ ਫਰੰਟ ਤੋਂ ਨਾਲ ਦੀ ਨਾਲ ਕੱਪੜੇ ਨੂੰ ਤੁਸੀਂ ਦਬਾ ਸਕਦੇ ਹੋ ਨਾਲ ਹੀ ਬਾਜ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਫੁੱਲ ਵੈਲ ਕੱਪੜਾ ਹਲਕਾ ਕੱਪੜਾ ਹੁੰਦਾ ਥਿਕਨੈਸ ਦੇਣੀ ਬਹੁਤ ਜ਼ਰੂਰੀ ਹੈ ਲੜਾਂ ਦੇ ਵਿੱਚ ਪਿੱਛੇ ਤੱਕ ਲੈ ਕੇ ਜਾਵਾਂਗੇ ਲੜ ਤੁਹਾਡਾ ਸਕਿੱਪ ਨਹੀਂ ਹੋਣਾ ਚਾਹੀਦਾ ਉੱਪਰ ਨਹੀਂ ਚੜ੍ਹਨਾ ਚਾਹੀਦਾ ਤਾਂ ਤੁਹਾਡਾ ਪਹਿਲਾ ਲੜ ਸਹੀ ਲੱਗਿਆ ਜੇ ਲੜ ਉੱਪਰ ਚੜ੍ਹ ਗਿਆ ਤਾਂ ਲੜ ਸਹੀ ਨਹੀਂ ਲੱਗਿਆ ਦੂਸਰੇ ਲੜ ਨੂੰ ਬਿਲਕੁਲ ਉਸੀ ਜਗ੍ਹਾ ਪਹਿਲੇ ਲੜ ਤੋਂ ਹਲਕਾ ਜਿਹਾ ਗੈਪ ਪਾ ਕੇ ਥੱਲੇ ਕਰਾਂਗੇ ਨਾਲ ਦੇ ਨਾਲ ਲੜ ਨੂੰ ਅਸੀਂ ਸਾਫ਼ ਕਰਦੇ ਜਾਵਾਂਗੇ ਤਾਂ ਕਿ ਸਾਨੂੰ ਬਾਅਦ 'ਚੋਂ ਔਖਾ ਨਾ ਹੋਣਾ ਪਵੇ ਟਾਈਮ ਨਾ ਲੱਗੇ ਸਾਡਾ
ਵਿੱਚੋਂ ਕੱਪੜੇ ਨੂੰ ਫੜ ਕੇ ਖਿੱਚਾਂਗੇ, ਇੱਕ ਪਿੰਚ ਦੇਵਾਂਗੇ ਕੱਪੜੇ ਨੂੰ ਥੱਲੇ ਤੱਕ ਖਿੱਚਾਂਗੇ, ਨਾਲ ਨਾਲ ਸਾਫ਼ ਸਫਾਈ ਕਰਦੇ ਹੋਏ ਮੂਹਰੋਂ ਪਿੰਚ ਦੇਵਾਂਗੇ, ਥੱਲੇ ਵਾਲੇ ਅੰਗੂਠੇ ਨਾਲ ਪਿੰਚ ਦੇਵਾਂਗੇ, ਨਾਲ ਹੀ ਫਿੰਗਰ ਨਾਲ ਉੱਪਰੋਂ, ਤਾਂ ਕਿ ਜਿਹੜਾ ਨਾਲ ਦੀਆਂ ਲੜ ਸਾਡੇ ਤਿਆਰ ਹੋ ਜਾਣ। ਵਿੱਚ ਲੜ ਦੇ ਵਿੱਚ ਕੱਪੜਾ ਹੋਣਾ ਚਾਹੀਦਾ, ਇਹ ਨਹੀਂ ਹੈ ਵੀ ਤੁਹਾਡਾ ਲੜ ਖੁੱਲ੍ਹ ਜੇ ਬਾਅਦ ਦੇ ਵਿੱਚੋਂ। ਉੱਦਾਂ ਹੀ ਪਿੱਛੋਂ ਇੱਕ ਵਾਰ ਪਿੰਚ ਦੇਵਾਂਗੇ ਬਰੀਕ ਹੋ ਜੇ, ਸੇਮ ਉਸੀ ਪ੍ਰਕਾਰ ਤੀਸਰੇ ਲੜ ਨੂੰ ਵੀ ਉੱਪਰੋਂ ਹੀ ਲੈ ਕੇ ਆਵਾਂਗੇ, ਹਲਕਾ ਜਿਹਾ ਗੈਪ ਦੇਣਾ ਥੱਲੇ ਤੱਕ, ਲੜ ਨੂੰ ਨਾਲ ਨਾਲ ਸਾਫ਼ ਕਰਦੇ ਜਾਵਾਂਗੇ, ਨਾਲ ਹੀ ਵਿੱਚੋਂ ਪਿੰਚ ਕਰਾਂਗੇ, ਦੂਸਰੇ ਲੜ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਪਿੰਚ ਦੇ ਕੇ ਮੋੜਨ ਦੀ ਕੋਸ਼ਿਸ਼ ਕਰਾਂਗੇ, ਖਿੱਚਾਂਗੇ। ਖਿੱਚਣ ਦੇ ਵੇਲੇ ਸਾਡਾ ਕੀ ਹੈ, ਲੜ ਖਤਮ ਹੋ ਗਿਆ ਵਿੱਚੋਂ, ਪਲੇਨ ਹੋ ਗਿਆ, ਇੱਕ ਅਤੇ ਦੋ ਦਿਖਣ ਦੀ ਬਜਾਏ ਪਲੇਨ ਹੋ ਗਿਆ, ਇਸ ਕਰਕੇ ਇਹਨੂੰ ਦੁਬਾਰੇ ਖੋਲ੍ਹਾਂਗੇ, ਕੱਪੜੇ ਨੂੰ ਜ਼ਿਆਦਾ ਖੋਲ੍ਹਾਂਗੇ, ਤਾਂ ਕਿ ਜਿਹੜਾ ਸਾਡਾ ਲੜ ਹੈ ਵਿੱਚੋਂ ਤਾਂ ਗੈਪ ਹੋਣਾ ਚਾਹੀਦਾ, ਵਿੱਚ ਕੱਪੜਾ ਇਨਸਾਈਡ ਹੋਣਾ ਚਾਹੀਦਾ, ਆਵਾਜ਼ ਮਾਰਨ ਵੇਲੇ ਐਕਸਟਰਾ ਹੋਣਾ ਚਾਹੀਦਾ, ਇਹ ਨਹੀਂ ਵੀ ਤੁਹਾਡਾ ਲੜ ਖਾਲੀ ਹੋ ਜਾਵੇ। ਪਿੰਚ ਕਰਾਂਗੇ ਦੁਬਾਰੇ, ਸਾਫ਼ ਕਰਾਂਗੇ, ਵਿੱਚ ਉਂਗਲ ਦੇ ਨਾਲ ਗੈਪ ਪਾਵਾਂਗੇ ਵੀ ਕੱਪੜੇ ਦੇ ਵਿੱਚ ਗੈਪ ਹੋਵੇ, ਨਾਲ ਨਾਲ ਹਲਕੀ ਹਲਕੀ ਆਵਾਜ਼ ਦੀ ਵਰਤੋਂ ਕਰ ਲਓ, ਤਾਂ ਕਿ ਜਿਹੜਾ ਸਾਡੇ ਦਸਤਾਰ ਦਾ ਡਿਸਟੈਂਸ ਹੈ, ਲੜਾਂ ਦਾ ਡਿਸਟੈਂਸ ਹੈ, ਉਹ ਪ੍ਰੋਪਰਲੀ ਸ਼ੋਅ ਹੋ ਸਕੇ, ਇਹ ਨਾ ਹੋਵੇ ਕਿਤੇ ਡਿਸਟੈਂਸ ਜ਼ਿਆਦਾ ਕਿਤੇ ਘੱਟ ਹੈ। ਵੈਸੇ ਤਾਂ ਜਿਹੜੇ ਲੜ ਨਾਲ ਦੀਆਂ ਸਾਫ਼ ਕਰਦੇ ਜਾਂਦੇ ਆ ਉਹ ਜ਼ਿਆਦਾ ਵਧੀਆ ਰਹਿੰਦਾ। ਚੌਥੇ ਲੜ ਨੂੰ ਵੀ ਉੱਦਾਂ ਹੀ ਸੇਮ ਕਰਾਂਗੇ, ਇਹ ਚੌਥਾ ਲੜ ਜਿਹੜਾ ਹੋਊਗਾ ਇਹਨੂੰ ਥੋੜ੍ਹਾ ਜਿਹਾ ਖੋਲ੍ਹਾਂਗੇ, ਥੱਲੇ ਤੱਕ ਖੋਲ੍ਹਾਂਗੇ, ਤਾਂ ਕਿ ਜਿਹੜਾ ਤੁਹਾਡੇ ਕੰਨ ਕੋਲ ਵੀ ਕੱਪੜਾ ਆਵੇ, ਨਾਲ ਹੀ ਪਿੰਚ ਕਰਦੇ ਜਾਵਾਂਗੇ, ਖਿੱਚਾਂਗੇ ਕੱਪੜੇ ਨੂੰ, ਜਿਹੜਾ ਤੁਹਾਡਾ ਇੱਕ ਲੜ 'ਚ ਦੋ ਲੜ ਬਣ ਜਾਣ, ਨਾਲ ਹੀ ਪਿੰਚ ਦੇਵਾਂਗੇ, ਪਿੰਚ ਦੇਣ ਤੋਂ ਬਾਅਦ ਕੱਪੜੇ ਨੂੰ ਖੋਲ੍ਹਾਂਗੇ, ਤਾਂ ਕਿ ਜਿਹੜੀ ਸ਼ੇਪ ਬਣ ਸਕੇ, ਗਲਾਈ ਬਣ ਸਕੇ, ਨਾਲ ਦੀਆਂ ਆਵਾਜ਼ ਦੀ ਵਰਤੋਂ ਕਰਾਂਗੇ, ਕਿਉਂਕਿ ਇਹ ਤੁਹਾਡੀ ਪੰਜ ਲੜੀ ਦਸਤਾਰ ਹੈ, ਛੇ ਲੜੀ ਨਹੀਂ ਹੈਗੀ, ਇਸ ਕਰਕੇ ਨਾਲ ਦੀਆਂ ਸ਼ੇਪ ਦਾ ਧਿਆਨ ਰੱਖਣਾ, ਸ਼ੇਪ ਬਹੁਤ ਮੈਟਰ ਕਰਦੀ ਹੈ, ਜੇ ਛੋਟੀ ਦਸਤਾਰ ਹੈ ਵੱਡੀ ਹੈ। ਉਸ ਤੋਂ ਬਾਅਦ ਸਾਡਾ ਅਖੀਰਲਾ ਪੰਜਵਾਂ ਲੜ, ਇਹਨੂੰ ਵੀ ਸਾਫ਼ ਕਰਾਂਗੇ, ਇਹ ਹਲਕਾ ਥੱਲੇ ਲਾਵਾਂਗੇ, ਸਾਫ਼ ਕਰਾਂਗੇ, ਇਹਦਾ ਇੱਕੋ ਲੜ ਬਣਾਵਾਂਗੇ, ਦੋ ਨਹੀਂ ਬਣਾਉਂਦੇ, ਤਾਂ ਕਿ ਤੁਹਾਨੂੰ ਈਜ਼ੀ ਰਹੇ ਮੈਥਡ। ਫੋਲਡ ਕਰਾਂਗੇ, ਕੱਪੜਾ ਮੂੰਹ 'ਚ ਪਾ ਸਕਦੇ ਹਾਂ ਜਾਂ ਫੜਾ ਸਕਦੇ ਹਾਂ। ਉਸ ਤੋਂ ਬਾਅਦ ਜਿਹੜੇ ਟਰਨਾਂ ਨੇ, ਆਪਣੀ ਟਰਨਾਂ ਸਾਫ਼ ਕਰਦੇ ਜਾਵਾਂਗੇ ਰਾਈਟ ਸਾਈਡ ਵਾਲੀਆਂ, ਨਾਲ ਨਾਲ ਥੋੜ੍ਹਾ ਥੋੜ੍ਹਾ ਥੱਲੇ ਨੂੰ ਲਿਆਵਾਂਗੇ, ਤਾਂ ਕਿ ਟਰਨਾਂ ਦਾ ਜਿਹੜਾ ਸ਼ੇਪ ਹੈ ਪ੍ਰੋਪਰਲੀ ਪਿੱਛੋਂ ਵੀ ਸੋਹਣੀ ਦਿਖ ਸਕੇ। ਸਪਰੇਅ ਕਰਾਂਗੇ ਨਾਲ ਨਾਲ ਬਾਜ਼ ਮਾਰਦੇ ਹੋਏ ਸਾਫ਼, ਸਿਰ ਢੱਕ ਲਾਂਗੇ, ਜ਼ਿਆਦਾ ਵੀ ਨਹੀਂ ਕੱਪੜਾ ਖਿੱਚਣਾ ਜਿਹੜਾ ਪਿੱਛੋਂ ਨਿਕਲ ਜੇ, ਫਰੰਟ 'ਤੇ ਧਿਆਨ ਦੇਣਾ, ਜਿਹੜੀ ਮੂਹਰੇ ਸਾਡਾ ਕੱਪੜਾ ਹੁੰਦਾ ਇਹ ਜ਼ਿਆਦਾ ਵੀ ਨਹੀਂ ਖਿੱਚਾਂਗੇ, ਅੰਦਰ ਵੜ ਜੇ, ਹਲਕੀ ਜਿਹੀ ਖਿੱਚਣੀ ਹੈ ਬਸ, ਤਾਂ ਕਿ ਸ਼ੇਪ ਬਣ ਜੇ। 50 ਟੇਢੀ ਹੈ, ਉਹਨੂੰ ਬਾਅਦ 'ਚੋਂ ਸੈੱਟ ਕਰਾਂਗੇ, ਪਹਿਲਾਂ ਸਿਰ ਨੂੰ ਕਵਰ ਕਰ ਲਾਂਗੇ, ਹੈੱਡ ਕਵਰ ਕਰ ਲਈਏ, ਦੋਨੋਂ ਸਾਈਡ ਖੋਲ੍ਹ ਕੇ ਦੋਨੇ ਸਾਈਡ ਨਾ ਅੱਧਾ ਅੱਧਾ ਕੱਪੜਾ ਅੰਦਰ ਦੇਣਾ, ਦੋਨੇ ਹੱਥਾਂ ਦੀ ਵਰਤੋਂ ਕਰਨੀ ਤੁਸੀਂ ਆਪ। ਆਉਣ ਵਾਲੇ ਟਾਈਮ 'ਚ ਮੈਂ ਆਪਣੇ ਖੁਦ ਦੇ ਸਿਰ ਦੇ ਉੱਤੇ ਦਸਤਾਰ ਸਜਾ ਕੇ ਦਿਖਾਊਂਗਾ ਖੁਦ ਕਿੱਦਾਂ ਸਜਾ ਸਕਦੇ ਹਾਂ। ਪਿੱਛੋਂ ਹਲਕਾ ਜਿਹਾ ਖਿੱਚ ਲਾਂਗੇ, ਇਹਨੂੰ ਇੱਕ ਵਾਰ ਅਸੀਂ ਲੜ ਨੂੰ ਟੈਂਪਰੇਰੀ ਲਾ ਲਾਂਗੇ ਪਿੱਛੇ ਵਾਲੇ ਨੂੰ, ਤਾਂ ਕਿ ਜਿਹੜੀ ਸਾਡੀ ਦਸਤਾਰ ਸਜਾ ਚੁੱਕੇ ਹਾਂ ਉਹ ਲੜ ਨਾ ਖੁੱਲ੍ਹਣ ਕੋਈ ਵੀ, ਫਿਰ ਲੜ ਲਾਉਣਾ ਈਜ਼ੀ ਹੋ ਜਾਊਗਾ। ਹਲਕਾ ਜਿਹਾ ਬਾਜ਼ ਦੀ ਵੀ ਵਰਤੋਂ ਕਰ ਲਾਂਗੇ ਟਰਨਾਂ ਨੂੰ ਸਾਫ਼ ਕਰਨ ਵਾਸਤੇ, ਅਤੇ ਬਾਜ਼ ਦੇ ਨਾਲ ਹੀ ਜਿਹੜਾ ਸਾਡਾ ਹੈੱਡ ਕਵਰ ਕੀਤਾ ਉਹਨੂੰ ਵੀ ਸਾਫ਼ ਕਰ ਲਾਂਗੇ, ਕਿਤੇ ਕਿਸੇ ਪਾਸੋਂ ਸਿਰ ਨੰਗਾ ਨਾ ਰਹੇ, ਥੱਲੇ ਵਾਲੀ ਸਾਡੀ ਕੇਸ ਕੀ ਜਾਂ ਕੋਈ ਵੀ ਸਾਡੇ ਕੇਸ ਦਿਖਣ ਨਾ, ਨਾਲ ਨਾਲ ਬਾਜ਼ ਦੇ ਨਾਲ ਟਰਨਾਂ 'ਚ ਵੀ ਮਾਰ ਦਾਂਗੇ ਜਿਹੜੇ ਉਹਦੇ ਵੱਟ ਪਏ ਹੋਏ ਨੇ। ਸਪਰੇਅ ਮਾਰ ਕੇ ਅਸੀਂ ਜਿਹੜਾ ਲੜ ਹੈ, ਕਿਉਂਕਿ ਸਾਡਾ ਲੜ ਲੰਬਾ ਹੋ ਚੁੱਕਿਆ, ਔੜ ਲੱਗਣਾ ਸੀ, ਵੱਡਾ ਮੋਟਾ ਲੱਗਿਆ, ਸਪਰੇਅ ਨਾਲ ਕੀ ਪਾਣੀ ਲੱਗਣਾ, ਲੜ ਪਤਲਾ ਹੋ ਜਾਂਦਾ, ਅਸੀਂ ਇਹਨੂੰ ਕੱਟ ਕੇ ਛੋਟੀ ਵੀ ਕਰ ਸਕਦੇ ਹਾਂ ਮੌਕੇ ਦੇ ਉੱਤੇ, ਉਹ ਸਾਡਾ ਵੀਡੀਓ ਦਾ ਟਿਊਟੋਰੀਅਲ ਪਿਆ ਬਾਇਓ ਦੇ ਵਿੱਚ, ਤੁਸੀਂ ਲਿੰਕ ਨੂੰ ਚੈੱਕ ਕਰਕੇ ਦੇਖ ਸਕਦੇ ਹੋ। ਇਹਦੇ ਵਿੱਚ ਅਸੀਂ ਕੱਟਾਂਗਣੀ ਇੱਦਾਂ ਹੀ ਲਗਾਵਾਂਗੇ, ਨਹੀਂ ਸਾਡੀ ਲੈਂਥ ਹੈ ਛੋਟੀ ਹੋ ਜਾਂਦੀ ਹੈ, ਅਗਲੀ ਵਾਰ ਕੀ ਅਸੀਂ ਪੱਗ ਦਾ ਲੜ ਵੱਧ ਮੂੰਹ 'ਚ ਰੱਖ ਕੇ ਬੰਨ ਸਕਦੇ ਹਾਂ। ਸਾਫ਼ ਕਰਾਂਗੇ ਲੜ ਨੂੰ ਦੋਨੋਂ ਪਾਸੋਂ, ਲੜ ਪ੍ਰੋਪਰ ਜਦੋਂ ਸਾਫ਼ ਹੋ ਗਿਆ ਉਦੋਂ ਅਸੀਂ ਇਹਨੂੰ ਅੰਦਰ ਨੂੰ ਟਵਿਸਟ ਦੇਵਾਂਗੇ ਅੰਗੂਠੇ ਦੇ ਨਾਲ, ਲੜ ਨੂੰ ਲਗਾ ਦਾਂਗੇ। ਲੜ ਲੰਬਾ ਸਾਨੂੰ ਪਿੰਨਾਂ ਦੀ ਵੀ ਨਹੀਂ ਲੋੜ ਹੈਗੀ, ਕੱਪੜਾ ਬਸ ਅੰਦਰ ਫਸ ਜਾਏਗਾ ਇੱਕ ਜਗ੍ਹਾ ਦੇ ਵਿੱਚ ਜਾ ਕੇ, ਤਾਂ ਉਹ ਖੁੱਲ੍ਹੇਗਾ ਨਹੀਂ ਦੁਬਾਰੇ। ਹਲਕੇ ਹਲਕੇ ਐਜਸ ਜਿਹੜੀ ਲੜਾਂ ਦੀ ਸਾਫ਼ ਕਰਨੀ ਜ਼ਰੂਰੀ ਹੈ, ਕਈ ਵਾਰ ਜਦੋਂ ਲੜ ਮੋੜ ਕੇ ਲੈਂਦੇ ਸਫਾਈ ਘੱਟ ਜਾਂਦੀ ਹੁੰਦੀ ਹੈ, ਸ਼ੇਪ ਮੇਨਟੇਨ ਰੱਖਣੀ, ਹੱਥ ਫੇਰ ਸਕਦੇ ਹੋ ਕਿਤੋਂ ਪੱਗ ਜ਼ਿਆਦਾ ਬਾਹਰ ਨੂੰ ਹੋਵੇ ਅੰਦਰ ਹੋਵੇ। ਹਾਂਜੀ, ਤੁਹਾਨੂੰ ਫਿਰ ਦਸਤਾਰ ਸਜਾ ਕੇ ਹੁਣ ਕਿੱਦਾਂ ਦਾ ਫੀਲ ਹੋ ਰਿਹਾ? ਮੈਨੂੰ ਵਧੀਆ ਫੀਲ ਹੋ ਰਿਹਾ ਜੀ, ਦਸਤਾਰ ਸਜਾ ਕੇ, ਦਸਤਾਰ ਨਾਲ ਸਾਡੀ ਸ਼ਾਨ ਬਣਦੀ ਹੈ।
हाँ जी दोस्तों, जो थोड़े मन दे विच कोई क्वेश्चन या क्वेरी हो बे तो तुसी मैनूं कमेंट करके जरूर दस सकते हो। जेकर तुसी थोड़े मन दे विच हुंदे इस वीडियो दे विच कोई कमी है जां कोई चेंजेस करना चाहते हैं तो तुसी अपने सुझाव ना मैनूं देना भुलना। तो नाल ही जे तुसी चाहुंदे हो मैं किहड़ा टॉपिक मिस कर चुकिया, किहड़े टॉपिक दे उत्ते होर वीडियो थोड़ी चाहिए तो कमेंट करके मैनूं जरूर दसना आने वाले वीक दे विच। सो नैक्सट वीक थोड़ी पसंद दे टेरिटोरी दे उत्ते एक वीडियो अपलोड होएगी। तद तक लई प्यार भरी सत श्री अकाल, रब रखा।